ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਲਾਹੌਰ ਦੇ ਵਿੱਚ ਆਏ ਹਾਂ ਹੱਕ ਦਰਮ ਤਰਾ ਜੀ ਹੱਕ ਦੇਣ ਵਾਸਤੇ। ਇਸ ਤੋਂ ਪਹਿਲੇ ਅੱਲਾਹ ਪਾਕ ਨੇ ਸਾਨੂੰ ਬੇਸ਼ੁਮਾਰ ਸ਼ਹਿਰਾਂ ਜਾਣ ਦਾ ਮੌਕਾ ਦਿੱਤਾ। ਅਸੀਂ ਇੱਕ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਛੋਟੀ ਛੋਟੀ ਖੁਸ਼ੀਆਂ ਦੇਣ ਨਾਲ, ਛੋਟੀ ਛੋਟੀ ਆਸਾਨੀਆਂ ਦੇਣ ਨਾਲ, ਛੋਟੇ ਛੋਟੇ ਰੁਜ਼ਗਾਰ ਦੇਣ ਨਾਲ, ਤੁਸੀਂ ਕਿਸੇ ਐਸੇ ਸ਼ਖਸ ਨੂੰ ਜਿਹਦੇ ਘਰ ਦੇ ਵਿੱਚ ਮਜਬੂਰੀ ਹੋਵੇ, ਪਰੇਸ਼ਾਨੀ ਹੋਵੇ, ਉਹਦੀ ਜ਼ਿੰਦਗੀ ਦੀ ਗਾੜੀ ਨੂੰ ਚਲਾਉਣ ਵਾਸਤੇ ਕੁਛ ਮਦਦ ਕਰ ਸਕਦੇ ਹੋ ਔਰ ਆਪਣੇ ਚਿਹਰੇ ਦੇ ਮੁਸਕਰਾਹਟ ਲਿਆ ਸਕਦੇ ਹੋ। ਹਾਂਜੀ, ਉਹਨਾਂ ਦੇ ਚਿਹਰੇ ਦੇ ਖੁਸ਼ੀ ਲਿਆ ਸਕਦੇ ਹੋ। ਚੱਲਦੇ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਜੀ? ਠੀਕ ਠਾਕ ਹੋ? ਅਲਹਮਦੁਲਿਲਾ ਸ਼ੁਕਰ। ਖੈਰ ਖੈਰੀਅਤ ਜੀ? ਅੱਛਾ, ਆਓ ਤਾਂ ਬਿਲਕੁਲ ਮੇਰਾ ਆਪਣਾ ਕਮਜ਼ੋਰ ਹੈ। ਕੀ ਨਾਂ ਜੀ ਆਪਣਾ? ਸ਼ਾਹਿਦ ਹੁਸੈਨ। ਸ਼ਾਹ ਹੁਸੈਨ, ਸ਼ਾਹ ਹੁਸੈਨ ਆਪਣਾ ਕੀ ਪਰੇਸ਼ਾਨੀ ਸੀ ਤੈਨੂੰ? ਮੇਰੇ ਵਾਲ ਸਭ ਬਿਮਾਰ ਸੀਗੇ ਕਾਫੀ ਅਰਸਿਆਂ ਤੋਂ, ਤੇ ਮੈਂ ਇਸ ਵਾਸਤੇ ਕਾਰੋਬਾਰ ਜੂਸਤਾ ਕਰਦਾ ਸੀਗਾ। ਉਹਨਾਂ ਦੇ ਦਿਲ ਦਾ ਮਸਲਾ ਸੀ, ਐਲਰਜੀ ਦਾ ਮਸਲਾ ਸੀ, ਹਰਨੀਆਂ ਦਾ ਮਸਲਾ ਹੈ। ਮੈਂ ਉਹਨਾਂ ਦਾ ਇਲਾਜ ਨਹੀਂ ਕਰਵਾ ਸਕਦਾ ਸੀ, ਮਜਬੂਰਨ ਮੈਨੂੰ ਵੇਚ ਕੇ ਆਪਣਾ ਵਾਲ ਸਭ ਦਾ ਇਲਾਜ ਕਰਾਉਣਾ ਪਿਆ, ਲੇਕਿਨ ਮੈਂ ਨਹੀਂ ਕਰ ਸਕਦਾ ਹਾਲੇ ਵੀ ਕੋਸ਼ਿਸ਼। ਅੱਛਾ, ਲੇਕਿਨ ਉਸ ਰੱਬ ਦਾ ਸ਼ੁਕਰ ਹੈ ਜਿਨ੍ਹਾਂ ਨੇ ਮੈਨੂੰ ਇਹ ਕਰਕੇ ਦਿੱਤਾ, ਅਤੇ ਮੈਂ ਆਪਣੇ ਰੋਜ਼ਗਾਰੀ ਬੱਚਿਆਂ ਦਾ ਕਰਨ ਦਿਆਂ। ਮੈਂ ਆਪਣੇ ਬੱਚੇ ਛੋਟਿਆਂ ਨੂੰ ਯਾਦ ਆ ਕਿ ਤੁਸੀਂ ਮੈਨੂੰ ਫੋਨ ਕੀਤਾ ਸੀਗਾ ਅਤੇ ਤੁਸੀਂ ਆਖਿਆ ਸੀ ਕਿ ਮੈਂ ਬੇਰੋਜ਼ਗਾਰ ਹਾਂ ਅਤੇ ਮੈਂ ਬੜੇ ਪਰੇਸ਼ਾਨ ਹਾਂ, ਅਤੇ ਮੈਂ ਤੁਹਾਨੂੰ ਆਖਿਆ ਸੀਗਾ ਕਿ ਮੇਰੇ ਅੱਲਾਹ ਨੇ ਚਾਹਿਆ ਅਤੇ ਤੁਹਾਡੇ ਵਾਸਤੇ ਰੁਜ਼ਗਾਰ ਦਾ ਬੰਦੋਬਸਤ ਕਰਾਂ। ਜੀ, ਬੇਸ਼ੱਕ ਛੋਟਾ ਜਿਹਾ ਰੁਜ਼ਗਾਰ ਹੋਏਗਾ, ਲੇਕਿਨ ਤੁਹਾਡੇ ਕੋਲ ਪਹੁੰਚਾਂਗੇ ਜ਼ਰੂਰ। ਜੀ, ਅੱਜ ਤੱਕ ਪਹੁੰਚ ਗਏ ਅਸੀਂ? ਹਾਂਜੀ, ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ, ਪਹੁੰਚ ਗਏ ਹੋ ਅਤੇ ਇਹ ਠੀਕ ਬਣ ਗਿਆ, ਅੱਜ ਜ਼ਬਰਦਸਤ ਬਣ ਗਿਆ, ਹੁਣ ਘਰ ਦਾ ਰੋਟੀ ਚੱਲੇਗੀ? ਜੀ ਹਾਂਜੀ, ਸ਼ੁਕਰ ਅਲਹਮਦੁਲਿਲਾ। ਅੱਛਾ, ਇਸ ਮੌਕੇ 'ਤੇ ਅਸੀਂ ਇਹ ਗੱਲ ਕਰਾਂਗੇ ਕਿ ਇਹ ਛੋਟਾ ਜਿਹਾ ਕਾਰੋਬਾਰ ਹੈ, ਤੁਹਾਡੇ 'ਤੇ ਕੋਈ ਆਸਾਨ ਨਹੀਂਗਾ, ਅਸੀਂ ਤੁਹਾਡੇ ਕੋਲ ਆਸਾਨ ਨਹੀਂ ਕਰਨਾ ਹੈ, ਤੁਹਾਡੀ ਅੱਖਾਂ ਨੀਵੀਂ ਨਹੀਂ ਕਰਨਾ ਹੈ, ਠੀਕ ਹੈ? ਇਹ ਅਸੀਂ ਨਹੀਂ ਤੁਹਾਨੂੰ ਦਿੱਤਾ, ਇਹ ਅੱਲਾ ਪਾਕ ਨੇ ਤੁਹਾਡੇ ਵਾਸਤੇ ਕੀਤਾ, ਠੀਕ ਹੈ ਨਾ? ਤੇਰਾ ਹੱਕ ਸੀ ਜਿਹੜਾ ਤੈਨੂੰ ਅਸੀਂ ਹੱਕ ਦਿੱਤਾ। ਹਾਂਜੀ ਹਾਂਜੀ। ਤਾਂ ਔਰ ਇਹ ਤਾਰਾ ਜੀ, ਇਹ ਜਿਹੜਾ ਰੁਜ਼ਗਾਰ ਦਾ ਬੰਦੋਬਸਤ ਆ, ਇਹ ਸਈਦ ਇਕਬਾਲ ਸਾਹਿਬ ਨੇ ਕੈਨੇਡਾ ਤੋਂ, ਉਹਨਾਂ ਨੇ ਸਪੈਸ਼ਲ ਤੌਰ ਤੇ ਸਭ ਕੁਝ ਉਹਨਾਂ ਬੰਦੋਬਸਤ ਕੀਤਾ ਵਾ, ਤੇ ਉਹਨਾਂ ਵਾਸਤੇ ਦੁਆ ਕਰਨੀ ਆ ਕਿ ਅੱਲਾ ਪਾਕ ਉਹਨਾਂ ਵਾਸਤੇ ਖੈਰੋ ਆਫੀਅਤ ਰੱਖੇ, ਠੀਕ ਹੈ ਜੀ? ਹਾਂਜੀ, ਤੰਦਰੁਸਤੀ ਦੇਵੇ ਔਰ ਤੁਹਾਡੇ ਕਾਰੋਬਾਰ 'ਚ ਅੱਲਾ ਪਾਕ ਇੰਨੀ ਬਰਕਤ ਦੇਵੇ, ਆਮੀਨ, ਕਿ ਇਸੇ ਤਰ੍ਹਾਂ ਅੱਲਾ ਪਾਕ ਤੁਹਾਨੂੰ ਵੀ ਮੌਕਾ ਦੇਵੇ ਕਿ ਤੁਸੀਂ ਵੀ ਇਸ ਤਰ੍ਹਾਂ ਕਿਸੇ ਆਪਣਾ ਹੱਕਦਾਰ ਨੂੰ ਤੁਸੀਂ ਆਪਣੇ ਹੱਕਾਂ ਨਾਲ ਤੁਹਾਡਾ ਹੱਕ ਦਿਓ। ਹਾਂਜੀ, ਅੱਛਾ ਦੱਸੋ, ਕੱਲ ਤੁਸੀਂ ਇਹ ਸ਼ੁਰੂ ਕੀਤਾ ਕੰਮ? ਹਾਂਜੀ। ਤੇ ਕੱਲ ਕਿਤਨੇ ਪੈਸੇ ਵੱਟੇ? ਕੱਲ 1000 ਰੁਪਏ ਦੀ ਮੈਂ ਸੇਲ ਕੀਤੀ। 1000 ਰੁਪਏ ਸੇਲ ਕੀਤੀ ਜੀ? ਤੇ ਉਹ ਜਦੋਂ ਤੁਸੀਂ ਸੇਲ ਕਰਕੇ ਆਪਣੇ ਘਰ ਲਗਾਏ ਹੋ ਜੀ, ਕਈਆਂ ਮਹੀਨਿਆਂ ਤੋਂ ਬਾਅਦ, ਹਾਂਜੀ, ਤੇ ਕੀ ਖੁਸ਼ੀ ਹੋਈ ਸੀ? ਮੈਨੂੰ ਬਹੁਤ ਖੁਸ਼ੀ ਹੋਈ ਜਿਨ੍ਹਾਂ ਨੇ ਕਾਰੋਬਾਰ ਤੇ ਲੈ ਕੇ ਆਏ ਨੇ, ਅੱਲਾ ਦਾ ਸ਼ੁਕਰ ਅਦਾ ਕੀਤਾ ਕਿ ਮੈਨੂੰ ਰੋਜ਼ਗਾਰੀ ਤੇ ਲਗਾ ਦਿੱਤਾ, ਕਿਆ ਵਾ ਬੱਚਿਆਂ ਦੀ ਰੋਟੀ ਕਮਾਉਣ ਵਾਸਤੇ ਚਾਲੂ ਕਰਤਾ। ਅਸੀਂ ਇਹ ਤਵੱਕੋ ਰੱਖਦੇ ਹਾਂ ਆਪਣੇ ਭਰਾ ਕੋ ਕਿ ਇੱਕ ਤੇ ਉਹ ਆੜੀਆਂ ਮੱਖੀ ਤੋਂ ਬਚਾਉਣਗੇ, ਇਹ ਗਲਾਸ ਵਗੈਰਾ ਸਾਫ਼ ਰੱਖਣਗੇ, ਅਗਰ ਅੱਛੀ ਚੀਜ਼ ਲੋਕਾਂ ਦਿਓਗੇ ਤਾਂ ਖੁਦਾ ਰਾਜ਼ੀ ਹੋਏਗਾ, ਅੱਲਾ ਪਾਕ ਬਰਕਤ ਪਾਏਗਾ, ਇਨਸ਼ਾਅੱਲਾ ਇਨਸ਼ਾਅੱਲਾ, ਅੱਲਾ ਪਾਕ ਇਨਸ਼ਾਅੱਲਾ ਬਰਕਤ ਪਾਏਗਾ। ਅੱਛਾ ਭਾਈ, ਇਹ ਦੱਸੋ, ਨਮਾਜ਼ ਪੜ੍ਹਦੇ ਜੇ? ਜੀ, ਨਮਾਜ਼ ਵੀ ਪੜ੍ਹਦੇ ਹਾਂ। ਨਮਾਜ਼ ਜ਼ਰੂਰ ਪੜ੍ਹਿਆ ਕਰੋ, ਇੱਥੇ ਬੈਠ ਕੇ ਜਿਸਲੇ ਪਾਕ ਨਹੀਂ ਆਉਂਦਾ, ਅੱਲਾ ਪਾਕ ਦਾ ਸ਼ੁਕਰ ਅਦਾ ਕਰਿਆ ਕਰੋ ਔਰ ਉਹਦੇ ਸ਼ੁਕਰਗੁਜ਼ਾਰੀ ਚ ਰਿਹਾ ਕਰੋ, ਠੀਕ? ਦੇਖਣਾ ਫਿਰ ਅੱਲਾ ਪਾਕ ਤੁਹਾਨੂੰ ਕਿਵੇਂ ਬਰਕਤ ਦਿੰਦਾ। ਔਰ ਜਿਸਲੇ ਤੁਸੀਂ ਖੁਦ ਕਫੀਲ ਹੋ ਜਾਓ, ਫਿਰ ਕੋਸ਼ਿਸ਼ ਕਰਨੀ ਆ ਕਿ ਜਿਸ ਤਰ੍ਹਾਂ ਖੁਦਾ ਨੇ ਤੁਹਾਡੀ, ਅੱਲਾ ਪਾਕ ਨੇ ਤੁਹਾਡੀ ਮਦਦ ਕੀਤੀ ਆ, ਇਸ ਤਰ੍ਹਾਂ ਤੁਸੀਂ ਵੀ ਕਿਸੇ ਆਪਣੇ ਤੋਂ ਮਾੜੇ ਦੀ ਮਦਦ ਕਰ ਸਕੋ। ਜਦੋਂ ਤੁਸੀਂ ਮਦਦ ਕਰੋਗੇ ਨਾ ਕਿਸੇ ਦੀ, ਤੇ ਤੁਸੀਂ ਦੇਖ ਲੈਣਾ ਕਿ ਤੁਹਾਨੂੰ ਰੱਬ ਤੁਹਾਡਾ ਦਰਵਾਜ਼ਾ ਖੋਲ ਲਾ ਜਾਏਗਾ। ਹਾਂਜੀ ਜੀ, ਤੇ ਜਿੰਦੇ ਵਸਦੇ ਰਹੋ। ਇਸ ਮੌਕੇ ਤੇ ਮੈਂ ਇੱਕ ਛੋਟਾ ਜਿਹਾ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਇਹ ਸਫ਼ਰ ਦਾ ਆਗਾਜ਼ ਸਮੁੰਦਰੀ ਤੋਂ ਹੋਇਆ ਸੀਗਾ ਔਰ ਫਿਰ ਚੀਚਾ ਵਤਨੀ, ਕਮਾਲੀਆ, ਗੋਜਰਾ, ਟੋਬਾ, ਇਸ ਤਰ੍ਹਾਂ ਮੁਖਤਲਿਫ ਸ਼ਹਿਰਾਂ 'ਚ ਹੁੰਦਾ। ਪਰਸੋਂ ਅਸੀਂ ਜੇਹਲਮ, ਖਾਰੀਆਂ, ਮੀਰਪੁਰ ਤੋਂ ਹੋ ਕੇ ਆਏ ਹਾਂ ਤੇ ਇਹ ਸਾਡੇ ਅੱਗੇ ਇੱਕ ਮਿਸ਼ਨ ਆ ਕਿ ਅੱਲਾ ਪਾਕ ਸਾਨੂੰ ਤੌਫੀਕ ਦੇ। ਅਸੀਂ ਕੋਈ ਚੀਜ਼ ਨਹੀਂ, ਸਾਡੀ ਕੋਈ ਔਕਾਤ ਨਹੀਂ, ਸਾਡਾ ਕੋਈ ਕਮਾਲ ਨਹੀਂ, ਇਹ ਸਭ ਮੇਰੇ ਅੱਲਾ ਵੱਲੋਂ ਆ, ਅੱਲਾ ਪਾਕ ਬੰਦੋਬਸਤ ਕਰਦਾ ਉਹਨਾਂ ਲੋਕਾਂ ਵਾਸਤੇ। ਸਿਰਫ ਮੈਂ ਇੱਕ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਤੁਹਾਡੇ ਕੋਲ ਬੇਸ਼ੁਮਾਰ ਵਸਾਇਲ ਨੇ, ਤੁਹਾਡੇ ਕੋਲ ਬੇਸ਼ੁਮਾਰ ਜ਼ਖਾਇਜ਼ ਨੇ, ਸਮਝਣਾ, ਹਰ ਚੀਜ਼ ਤੁਹਾਨੂੰ ਰੱਬ ਨੇ ਦਿੱਤੀ ਆ, ਲੇਕਿਨ ਦੇਖੋ ਕਿ ਅਗਰ ਇੱਕ ਮਹੱਲੇ ਦੇ ਵਿੱਚ ਇੱਕ ਗਰੀਬ ਆਦਮੀ ਜਿਹੜਾ ਵਾ ਉਹਦਾ ਰੁਜ਼ਗਾਰ ਕੋਈ ਨਹੀਂ, ਇਸ ਤੋਂ ਪਹਿਲੇ ਕਿ ਉਹ ਜੇਬ ਪੁੱਤਰਾ ਬਣ ਜੇ, ਇਸ ਤੋਂ ਪਹਿਲੇ ਕਿ ਚੋਰ ਡਕੇਤ ਬਣ ਜੇ, ਤਾਂ ਤੁਹਾਡੇ ਤਾਲੇ ਤੋੜੇ, ਤੁਸੀਂ ਉਹਦੇ ਵਾਸਤੇ ਅਗਰ ਆਸਾਨੀਆਂ ਪੈਦਾ ਕਰੋਗੇ ਤਾਂ ਉਹ ਕੁਛ ਉਹਦੇ ਘਰ 'ਚ ਰੋਟੀ ਪਾਣੀ ਚੱਲੇਗੀ ਤਾਂ ਉਹ ਜੁਰੈਮ ਤੋਂ ਹੀ ਬਚੇਗਾ ਔਰ ਅੱਲਾ ਪਾਕ ਤੁਹਾਨੂੰ ਆਖਰ ਦੇ 'ਚ ਉਹਦਾ ਅਜਰ ਦੇਵੇਗਾ। ਬਾਹਰ ਨਿਕਲਿਆ ਕਰੋ, ਹੱਕ ਨਵਾਜ਼ ਹਰ ਜਗ੍ਹਾ ਨਹੀਂ ਜਾ ਸਕਦਾ, ਤਾਂ ਤੁਸੀਂ ਹੱਕ ਨਵਾਜ਼ ਬਣ ਕੇ ਆਪਣੇ ਆਪਣੇ ਇਲਾਕੇ ਦੇਖੋ ਕਿ ਕੌਣ ਲੋਕ ਜਿਹੜੇ ਬੇਰੋਜ਼ਗਾਰ ਨੇ, ਉਹਨਾਂ ਵਾਸਤੇ ਉਹਨਾਂ ਦੇ ਕੋਲ ਜਾਓ, ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੋ। ਅਤੇ ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਅੱਲਾ ਪਾਕ ਆਪਕੋ ਬਹੁਤ ਜ਼ਿਆਦਾ ਬਰਕਤ ਦੇ।